ਹਾਂਜੀ ਦੋਸਤੋ ਮਕੈਨੀਕਲ ਲਾਜਿਕ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋਟੈਕਸ਼ਨ ਪੰਪ ਸੇਫਟੀ ਪੰਪ ਵੀ ਕਹਿੰਦੇ ਇਹਨੂੰ ਤੇ ਇਹ ਵੱਡੀਆਂ ਪ੍ਰੈਸਾਂ ਦੇ ਵਿੱਚ ਲੱਗਿਆ ਹੁੰਦਾ ਤੇ ਅੱਜ ਇਹਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਅੱਜ ਆਪਾਂ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਕਿ ਦੋਸਤੋ ਇਹਦੇ ਵਿੱਚ ਜ਼ਿਆਦਾਤਰ ਕਿੰਦਾ ਦੀ ਪ੍ਰੋਬਲਮ ਆਉਂਦੀ ਆ ਤੇ ਕੀ ਕੀ ਇਹਦੇ ਵਿੱਚ ਹੁੰਦਾ ਏ ਦੋਸਤੋ ਹੁਣ ਆਪਾਂ ਨੇ ਇਹਨੂੰ ਖੋਲ ਲਿਆ ਐਲਕੇਜੀ ਪੋਲਟ ਲੱਗੇ ਹੁੰਦੇ ਨੇ ਤੇ ਚਾਰ ਤੇ ਉਹਨਾਂ ਨੂੰ ਆਪਾਂ ਖੋਲਣ ਤੋਂ ਬਾਅਦ ਇਹ ਜਿਹੜਾ ਪੁਰਜਾ ਦੋਸਤੋ ਇਸ ਜਗ੍ਹਾ ਤੇ ਲੱਗਿਆ ਹੁੰਦਾ ਇਹ ਨੀਚੋਂ ਤੇਲ ਜਦੋਂ ਪੰਪ ਕਰਦਾ ਤਾਂ ਇਹਨੇ ਇੱਕ ਪਾਈਪ ਦੇ ਜ਼ਰੀਏ ਆਪਣੇ ਪ੍ਰੈਸ ਦੇ ਬੱਟੇ ਦੇ ਵਿੱਚ ਪਹੁੰਚਾਉਣਾ ਹੁੰਦਾ ਤੇਲ ਜਿਹਦੇ ਨਾਲ ਜੇ ਕਿਤੇ ਆਪਣਾ ਪ੍ਰੈਸ ਕਿਸੇ ਕਾਰਨ ਕਰਕੇ ਫਸ ਜਾਂਦਾ ਤੇ ਉਹਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਤਾਂ ਕਿ ਆਪਾਂ ਨੂੰ ਕੁਝ ਆਪਣੀ ਟੁੱਟ ਭੱਜ ਨਾ ਹੋ ਜਵੇ ਉਹਨੂੰ ਡਾਈ ਨੂੰ نیچےੋਂ ਕੱਢਣ ਵਾਸਤੇ ਤੇ ਇਹ ਪੰਪ ਦੀ ਜ਼ਰੂਰਤ ਪੈਂਦੀ ਆ ਦੋਸਤੋ ਤੇ ਇਹ ਜਿਹੜਾ ਸਾਈਡ ਤੁਹਾਨੂੰ ਦਿਖਾ ਰਿਹਾ ਦੋਸਤੋ ਇਹ ਦਾ ਪਲੰਜਰ ਵਾਲਾ ਸਾਈਡ ਆ ਤੇ ਇਹ ਪਿਸਟਨ ਦਾ ਕੰਮ ਕਰਦਾ ਤੇ ਸਾਡਾ ਇਹਦੇ ਵਿੱਚੋਂ ਇਹ ਵਾਲਾ ਕੱਪ ਦੋਸਤੋ ਟੁੱਟ ਗਿਆ ਸੀਗਾ ਤੇ ਇਹ ਦੂਸਰਾ ਕੱਪ ਜਿਹੜਾ ਇਹ ਅਸੀਂ ਖਰਾਬ ਤੇ ਆਮ ਲੋਹੇ ਦੇ ਵਿੱਚੋਂ ਤਿਆਰ ਕੀਤਾ ਤੇ ਸੇਮ ਉਹਦੇ ਨਾਲ ਦਾ ਉਸੇ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਖਰਾਤੇ ਕਰਾ دیے ਨੇ ਬਿਲਕੁਲ ਹੂ ਹੂ ਤੇ ਬਣਾ ਕੇ ਤੇ ਅਸੀਂ ਇਹਦੇ ਵਿੱਚ ਪਾ ਕੇ ਇਹਨੂੰ ਚਾਲੂ ਕਰਨ ਲੱਗੇ ਆਂ ਦੋਸਤੋ ਤੇ ਹੁਣ ਮੈਂ ਉਹੀ ਤੁਹਾਨੂੰ ਦੱਸ ਰਿਹਾ ਸੀ ਵੀ ਇਹ ਜਿਹੜਾ ਪ੍ਰੋਟੈਕਸ਼ਨ ਪੰਪ ਆ ਦੋਸਤੋ ਇਹਦੇ ਵਿੱਚ ਇੱਕ ਪਿਸਟਨ ਕੰਮ ਕਰਦਾ ਤੇ ਇਸ ਜਗ੍ਹਾ ਤੇ ਇਹ ਜੋ ਵੀ ਸਿਸਟਮ ਲੱਗਿਆ ਆ ਇਹਦੇ ਵਿੱਚ ਪਿਸਟਨ ਲੱਗਿਆ ਹੁੰਦਾ ਇੱਕ ਤੇ ਇੱਕ ਰੌਡ ਹੁੰਦੀ ਆ ਤੇ ਜਦੋਂ ਹਵਾ ਇਹਦੇ ਵਿੱਚ ਐਂਟਰ ਕਰਦੀ ਆ ਤੇ ਇਹਦਾ ਮਕੈਨਿਜ਼ਮ ਇਸ ਤਰ੍ਹਾਂ ਬਣਿਆ ਹੋਇਆ ਕਿ ਇਹਨੇ ਅੱਗੇ ਤੇ ਪਿੱਛੇ ਪੁਸ਼ ਕਰਨਾ ਜਿਦਾਂ ਆਪਾਂ ਮਤਲਬ ਕੋਈ ਵੀ ਪੰਪ ਨੂੰ ਅਪ ਡਾਊਨ ਕਰਦੇ ਆ ਹਵਾ ਭਰਨ ਵਾਲਾ ਪੰਪ ਹੁੰਦਾ ਤੇ ਉਸ ਤਰ੍ਹਾਂ ਇਹਨੇ ਵਰਕ ਕਰਨਾ ਹੁੰਦਾ ਇਹਦੇ ਵਿੱਚ ਇੱਕ ਸਾਈਡ ਤੋਂ ਹਵਾ ਜਾਂਦੀ ਆ ਦੋਸਤੋ ਤੇ ਦੂਸਰੀ ਸਾਈਡ ਉਹਨੂੰ ਪੁਸ਼ ਕਰਦੀ ਆ ਤੇ ਇਹਦੇ ਵਿੱਚ ਦੋਸਤੋ ਇੱਕ ਬੁਸ਼ ਟੁੱਟ ਗਿਆ ਤੇ ਉਹ ਬੁਸ਼ ਨੂੰ ਹੁਣ ਆਪਾਂ ਕੱਢਣ ਲੱਗੇ ਹੋਏ ਆ ਤੇ ਬੋਸ਼ ਨੂੰ ਆਪਾਂ ਨੇ ਕੋਈ ਨਰਮ ਚੀਜ਼ ਨਾਲ ਥੱਲੋਂ ਸੱਟ ਮਾਰਨੀ ਆ ਝਟਕੇ ਨਾਲ ਉਹਨੇ نیچے ਆ ਜਾਣਾ ਦੋਸਤੋ ਤੇ ਆਪਾਂ ਕੋਈ ਹੋਰ ਇਹਦੇ ਤੇ ਵਰਤ ਨਹੀਂ ਸਕਦੇ ਅਸੀਂ ਚਲੋ ਪਲਾਸਟਿਕ ਦੇ ਮੁਠੇ ਨਾਲ ਹੀ ਕੰਮ ਚਲਾ ਲਿਆ ਕਿਉਂਕਿ ਇਹ ਸਾਰਾ ਐਲੂਮੀਨੀਅਮ ਦਾ ਬਣਿਆ ਹੁੰਦਾ ਦੋਸਤੋ ਤੇ ਉਹਨੂੰ ਹੁਣ ਅਸੀਂ ਵਿੱਚੋਂ ਕੱਢ ਰਹੇ ਆ ਤੇ ਜਿਹੜਾ ਇਹ ਬੋਸ਼ਾ ਦੋਸਤੋ ਇਹ ਅਸੀਂ ਹੋਰ ਦੁਬਾਰਾ ਤਿਆਰ ਕਰ ਲਿਆ ਸੀਗਾ ਇਹ ਵਾਲਾ ਬੋਸ਼ ਸਹਜ ਲੈ ਕੇ ਤੇ ਖਰਾਤੇ ਅਸੀਂ ਗਨ ਮੈਡਲ ਦਾ ਤਿਆਰ ਕੀਤਾ ਦੋਸਤੋ ਇਹ ਜਿਹੜਾ ਦੂਸਰਾ ਪੋਸ਼ ਆ ਉਹ ਪਿੱਛੇ ਜਿਹੜਾ ਟੁੱਟਿਆ ਹੋਇਆ ਸੀਗਾ ਉਹਨੂੰ ਅਸੀਂ ਹੁਣ ਬਾਹਰ ਕੱਢ ਲਿਆ ਤੇ ਉਹਦੇ ਜੋ ਵੀ ਸੈਜ ਸੀਗੇ ਸੈਜ ਲੈ ਕੇ ਅਸੀਂ ਇਹ ਵਾਲਾ ਉੱਥੇ ਫਿੱਟ ਕਰਤਾ ਤੇ ਜਿਹੜਾ ਟੁੱਟਿਆ ਹੋਇਆ ਸੀਗਾ ਉਸਨੂੰ ਅਸੀਂ ਬਾਹਰ ਕੱਢਤਾ ਇਹ ਵਾਲਾ ਸੀਗਾ ਦੋਸਤੋ ਇਹਦੇ ਦੋ ਟੋਟੇ ਹੋ ਗਏ ਤੇ ਜਿਸ ਦੀ ਵਜ੍ਹਾ ਨਾਲ ਚੱਲ ਨਹੀਂ ਸਕਦਾ ਸੀ ਤੇ ਇਹੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਦੋਸਤੋ ਤੇ ਜਾਂ ਉਹ ਕੱਪ ਟੁੱਟ ਜਾਂਦਾ ਕੱਪ ਇਸ ਕਰਕੇ ਟੁੱਟ ਗਿਆ ਕਿਉਂਕਿ ਅੱਗੇ ਉਹ ਬੁਸ਼ ਟੁੱਟ ਗਿਆ ਸੀਗਾ ਜਿਹੜਾ ਡੈਮੇਜ ਹੋ ਗਿਆ ਸੀਗਾ ਤੇ ਹੁਣ ਅਸੀਂ ਦੋਸਤੋ ਉਸੇ ਤਰ੍ਹਾਂ ਇਹਨੂੰ 1/1 ਫਿੱਟ ਕਰਨ ਲੱਗੇ ਆ ਇਸ ਜਗ੍ਹਾ ਤੇ ਰਿੰਗ ਲੱਗਿਆ ਹੁੰਦਾ ਓ ਰਿੰਗ ਇਹਦੇ ਚ ਹਲਕੇ ਜਿਹੇ ਦੋ ਕੱਟ ਹੁੰਦੇ ਨੇ ਉਹਨਾਂ ਨੂੰ ਟਾਈਮਿੰਗ ਹੈ ਇੱਕ ਜਗ੍ਹਾ ਤੇ ਉਹਨਾਂ ਨੂੰ ਉਸੇ ਜਗ੍ਹਾ ਤੇ ਦੇਖ ਕੇ ਤਰੀਕੇ ਨਾਲ ਬਿਠਾ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਇਹ ਕੱਪ ਇਹਦੇ ਚ ਇਹ ਰਿੰਗ ਲੱਗਿਆ ਹੁੰਦਾ ਇੱਕ ਵਾਰ ਇਹਨੇ ਹਵਾ ਅੰਦਰ ਲੈ ਲੈਣੀ ਆ ਤੇ ਉਹ ਹਵਾ ਨੂੰ ਵਾਪਸ ਬਾਹਰ ਨਹੀਂ ਜਾਣ ਦੇਣਾ ਤੇ ਉਹਨੂੰ ਫਿੱਟ ਕਰਨਾ ਇਹ ਵਾਲਾ ਦੋਸਤੋ ਪਲੰਜਰ ਆ ਤੇ ਜਿਹੜੀ ਅੱਗੇ ਰੌੜ ਲੱਗੀ ਹੁੰਦੀ ਆ ਉਹਦੇ ਨਾਲ ਇਹ ਅੱਗੇ ਪਿੱਛੇ ਆਪਣਾ ਉਹ ਵਰਕ ਕਰਦਾ ਜਿਹਦੇ ਨਾਲ ਇਹ ਹਵਾ ਦੇ ਪ੍ਰੈਸ਼ਰ ਨਾਲ ਤੇਲ ਨੂੰ ਨੀਚੋਂ ਟੈਂਕੀ ਦੇ ਵਿੱਚੋਂ ਚੱਕ ਲੈਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੈਸ ਤਾਂ ਜਿੱਥੇ ਬੱਟਾ ਲੱਗਿਆ ਹੁੰਦਾ ਜਿੱਦੇ ਥੱਲੇ ਡਾਈ ਲੱਗੀ ਹੁੰਦੀ ਆ ਉਹਦੇ ਉੱਪਰ ਤੇ ਇੱਕ ਸਿਲੰਡਰ ਟੈਪ ਬਣਿਆ ਹੁੰਦਾ ਉਹਦੇ ਵਿੱਚ ਇਹ ਤੇਲ ਨੂੰ ਭਰ ਦਿੰਦਾ ਜਿੰਨੇ ਟਨ ਦੀ ਪ੍ਰੈਸ ਹੁੰਦੀ ਹੈ ਉਸ ਹਿਸਾਬ ਨਾਲ ਇਹ ਲਾਇਆ ਜਾਂਦਾ ਇਹ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਦੋਸਤੋ ਵੈਸੇ ਇਹ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਇਹ ਇੱਕ ਠੋਕ ਠੋਕ 70 ਜਾਂ 80000 ਆਮ ਇਹਨਾਂ ਦਾ ਰੇਟ ਹੈ ਹਲਕੀ ਜੀ ਪ੍ਰੋਬਲਮ ਕਰਕੇ ਇਹ ਰੁਕ ਜਾਂਦਾ ਦੋਸਤੋ ਤੇ ਫਿਰ ਉਸ ਤੋਂ ਬਾਅਦ ਇਹ ਨਮਾ ਹੀ ਲਾਉਣਾ ਪੈਂਦਾ ਤੇ ਇਹ ਇਹਦਾ ਪਿੱਛੇ ਵਾਲਾ ਪਾਰਟ ਆ ਜਿਹੜੀ ਉਹ ਅੱਗੇ ਦੇਖ ਰਹੇ ਹੋ ਤੁਸੀਂ ਦੋਸਤੋ ਜਿੱਥੇ ਆ ਸਪਰਿੰਗ ਪਾ ਰਿਹਾ ਮੈਂ ਤੇ ਉਹ ਜਿਹੜੀ ਰੋਡ ਆ ਉਹ ਇਹਦੇ ਵਿੱਚ ਵਰਕ ਕਰਦੀ ਆ ਅੱਗੇ ਪਿੱਛੇ ਨਾਲ ਉਹਦੇ ਤੇ ਇਹ ਸਾਰੇ ਮਕੈਨਿਜ਼ਮ ਜੁੜ ਕੇ ਸਾਰਾ ਕੁਝ ਫਿਰ ਉਸ ਤੋਂ ਬਾਅਦ ਇਹ ਪ੍ਰੋਟੈਕਸ਼ਨ ਪੰਪਸ ਆਪਣਾ ਸੇਫਟੀ ਪੰਪ ਬਣ ਜਾਂਦਾ ਦੋਸਤ ਤੇ ਇਹਦੇ ਵਿੱਚ ਆਪਾਂ ਨੇ ਹੁਣ ਸਾਰਾ ਕੁਝ ਉਹ ਫਿਟ ਕਰਤਾ ਤੇ ਹੁਣ ਇਹਨੂੰ ਆਪਾਂ ਦੁਬਾਰਾ ਚਾਲੂ ਕਰਕੇ ਦੇਖਦੇ ਆਂ ਦੋਸਤੋ ਤੇ ਦੇਖਦੇ ਆਂ ਇਹ ਵਰਕ ਕਰਾ ਕੇ ਤੇ ਹੁਣ ਇਹ ਸਹੀ ਚੱਲੂਗਾ ਤੇ ਜ਼ਿਆਦਾਤਰ ਇਹ ਵੱਡੀਆਂ ਪ੍ਰੈਸਾਂ ਦੇ ਵਿੱਚ ਹੀ ਲੱਗਿਆ ਹੁੰਦਾ ਦੋਸਤੋ ਹੁਣ ਆਪਾਂ ਇਹ ਪ੍ਰੈਸ ਤੇ ਫਿੱਟ ਕਰਤਾ ਤੇ ਇਹਦੇ ਵਾਸਤੇ ਇੱਕ ਐਫਐਲਆਰ ਅਲੱਗ ਲੱਗੀ ਹੁੰਦੀ ਆ ਤੇ ਇਹ ਦੋਸਤੋ ਦੋ ਨਿਸ਼ਾਨ ਲੱਗੇ ਹੋਏ ਨੇ 110 ਟਨ ਦੀ ਪ੍ਰੈਸ ਦੇ ਉੱਤੇ ਲੱਗਿਆ ਹੋਇਆ ਤੇ ਇਸ ਟਾਈਮ ਇਹ ਉਹਦੇ ਵਿੱਚ ਤੇਲ ਨੂੰ ਫਿਲ ਕਰ ਰਿਹਾ ਤੇ ਟਕ ਟਕ ਦੀ ਆਵਾਜ਼ ਆਉਂਦੀ ਹੋਊਗੀ ਥੋੜ੍ਹੀ ਥੋੜ੍ਹੀ ਉਹਦੇ ਵਿੱਚ ਤੁਹਾਨੂੰ ਸੁਣਾਈ ਦੇਊਗਾ ਇਹ ਲੈਵਲ ਥੋੜਾ ਥੱਲੇ ਜਾਊਗਾ ਤੇ ਇੱਧਰ ਇਹਦੇ ਵਾਸਤੇ ਐਫਐਲਆਰ ਅਲੱਗ ਤੋਂ ਲੱਗਿਆ ਹੁੰਦਾ ਦੋਸਤੋ ਤੇ ਇਹਨੂੰ 4 ਤੋਂ 5 ਦੇ ਵਿੱਚ ਵਿੱਚ ਰੱਖਣਾ ਹੁੰਦਾ ਜਿੰਨੀ ਕਪੈਸਿਟੀ ਚਾਹੀਦੀ ਹੈ ਉਹਦੇ ਹਿਸਾਬ ਨਾਲ ਇਹਦੀ ਹਵਾ ਵਧਾਉਣੀ ਪੈਂਦੀ ਹੈ ਉਸ ਤਰ੍ਹਾਂ ਜੇ ਆਪਾਂ ਸੋਚੀਏ ਵੀ ਆਪਾਂ ਉਹਦੇ 'ਚ ਹਵਾ ਤੇਲ ਭਰ ਕੇ ਗੇਟ ਵਾਲਾ ਆ ਦੀਏ ਜਾਂ ਕਿਸੇ ਤਰ੍ਹਾਂ ਬੰਦ ਕਰ ਦਈਏ ਤੇ ਉਹ ਨਹੀਂ ਕੰਮ ਕਰ ਸਕਦੇ ਤੇ ਇਹ ਜਿਹੜਾ ਪੰਪ ਆ ਤਾਂ ਦੋਸਤੋ ਏਸੀ ਪੰਪ ਨਹੀਂ ਜੋ ਕੰਮ ਕਰਨਾ ਉਹ ਏਸੀ ਨਹੀਂ ਕਰਨਾ ਤੇ ਇਹਦੇ ਉੱਤੇ 1 ਕਿ ਬੋਲਟ ਲੱਗਿਆ ਹੁੰਦਾ ਦੋਸਤੋ ਉਹਦੇ 'ਚ 4 ਦੀ ਜਾਂ 5 ਦੀ 1 ਕਿ ਲੱਗਦੀ ਹੈ ਅਲਗ-ਅਲਗ ਵੱਡੇ ਛੋਟੇ 'ਚ ਤੇ ਉੱਥੋਂ ਆਪਾਂ ਜਾਂ ਉਹਨੂੰ ਖੋਲਾਂਗੇ ਤਾਂ ਜਿਹੜਾ ਇਹਦੇ ਵਿੱਚ ਲੈਵਲ ਆ ਤੇ ਉਹ ਤੇਲ ਵਾਪਸ ਇਸ ਟੈਂਕ ਦੇ ਵਿੱਚ ਆ ਜਾਊਗਾ ਹੁਣ ਇਹ ਟੈਂਕ ਦੇ ਵਿੱਚੋਂ ਜਾ ਰਿਹਾ ਤੇ ਤਾਂ ਕਰਕੇ ਉਹਦਾ ਲੈਵਲ ਨੀਚੇ ਜਾ ਰਿਹਾ ਤੇ ਇਸ ਜਗ੍ਹਾ ਤੇ ਉਹਦੇ ਦੋਸਤੋ ਲੱਗਿਆ ਹੁੰਦਾ ਆਪਣੇ ਐਲਕੀਬੋਲ ਜਿਹੜਾ ਤੁਹਾਨੂੰ ਉਹ ਛੋਟਾ ਜਿਹਾ ਦਿਖਾਈ ਦਿੱਤੇ ਤੇ ਉਹਦੇ ਨਾਲ ਆਪਾਂ ਰੀਲੀਜ਼ ਕਰ ਸਕਦੇ ਹਾਂ ਇਹਨੂੰ ਵਾਪਸ ਇਹਦਾ ਤੇਲ ਵਾਪਸ ਆ ਸਕਦਾ ਤੇ ਹੁਣ ਆਪਣਾ ਇਹ ਦੋਸਤੋ ਤੇਲ ਫਿਲ ਹੋ ਰਿਹਾ ਇਹ ਜੇ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਪੰਪ ਦੋਸਤੋ ਛੇਤੀ ਕੋਈ ਦਿਖਾਉਂਦਾ ਨਹੀਂਗਾ ਖੋਲ ਕੇ ਜ਼ਿਆਦਾਤਰ ਜਿੰਨਾਂ ਦੇ ਵੀ ਖਰਾਬ ਹੋਏ ਨੇ ਉਹ ਇਹ ਮਤਲਬ ਕਿ ਖਤਮ ਹੀ ਕਰਨੇ ਪੈਂਦੇ ਇੱਕ ਸਾਈਡ ਤੇ ਨਵਾਂ ਹੀ ਲਗਾਉਣਾ ਪੈਂਦਾ ਤੇ ਹੁਣ ਇਹਦਾ ਪ੍ਰੈਸ਼ਰ ਦੋਸਤੋ ਆ ਚੁੱਕਿਆ